ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਅੱਗ ਲੱਗੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਖੇਤਾਂ ਦੇ ਵਿੱਚ ਅੱਗ ਲੱਗੀ ਸੀ, ਜਿਸ ਤੋਂ ਬਾਅਦ ਅੱਗ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਕਬਾੜੀ ਦੀ ਦੁਕਾਨ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ, ਜਿਸ ਤੋਂ ਬਾਅਦ ਦੁਕਾਨ ਤੋਂ ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਉੱਠਦੀਆਂ ਨੇ, ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਈ ਸੀ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਮਨ੍ਹਾ ਵੀ ਕੀਤਾ ਗਿਆ ਸੀ, ਪਰ ਉਸਨੇ ਫਿਰ ਵੀ ਅੱਗ ਲਗਾਈ ਅਤੇ ਆਪਣੇ ਘਰ ਚੱਲ ਗਿਆ। ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਇੰਨੀ ਵੱਧ ਜਾਂਦੀ ਹੈ ਕਿ ਖੇਤਾਂ ਦੇ ਨਜ਼ਦੀਕ ਇੱਕ ਕਬਾੜੀ ਦੀ ਦੁਕਾਨ ਤੱਕ ਪਹੁੰਚ ਜਾਂਦੀ ਹੈ ਅਤੇ ਉਸਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ, ਜਿਸ ਤੋਂ ਬਾਅਦ ਉਸਦੀ ਸਾਰੀ ਦੁਕਾਨ ਸੜ ਕੇ ਸਵਾਹ ਹੋ ਜਾਂਦੀ ਹੈ ਅਤੇ ਇਸ ਦੇ ਵਿੱਚ ਲੱਖਾਂ ਦਾ ਸਮਾਨ ਹੁੰਦਾ ਹੈ ਜੋ ਕਿ ਸਾਰਾ ਸੜ ਜਾਂਦਾ ਹੈ। ਇਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਦਮਕਲ ਵਿਭਾਗ ਨੂੰ ਦਿੱਤੀ ਜਾਂਦੀ ਹੈ ਤਾਂ ਮੌਕੇ 'ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਅੱਗ 'ਤੇ ਕਾਬੂ ਪਾਇਆ ਜਾਂਦਾ ਹੈ। ਤਾਂ ਦੱਸ ਦਈਏ ਘਟਨਾ ਬਰਨਾਲਾ ਦੀ ਹੈ, ਜਿੱਥੇ ਖੇਤਾਂ ਦੇ ਵਿੱਚ ਅੱਗ ਕਿਸਾਨ ਦੇ ਵੱਲੋਂ ਲਗਾਈ ਜਾਂਦੀ ਹੈ। ਕਣਕ ਦੀ ਨਾੜ ਨੂੰ ਅੱਗ ਲਗਾਈ ਗਈ ਸੀ, ਜਿਸ ਤੋਂ ਬਾਅਦ ਇਹ ਅੱਗ ਇੰਨੀ ਵੱਧ ਗਈ ਕਿ ਇੱਕ ਕਬਾੜੀ ਦੀ ਦੁਕਾਨ ਨੂੰ ਵੀ ਲੱਗ ਜਾਂਦੀ ਹੈ, ਜਿਸ ਕਾਰਨ ਉਸਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਆਪਣੀ ਨਾ ਹੀ ਆਪਣੀ ਗੱਡੀ ਲਾਈ ਸੀ ਸਟੈਂਡ ਬਾਏ 'ਤੇ, ਇੱਥੇ ਭਦੌੜ ਹੜੀ ਦਾ ਕਰਕੇ ਉਸ ਇੱਥੇ ਖੜ੍ਹਦੇ ਆਪਣੇ ਤਿੰਨ ਗੁਣੀ ਦੇ ਪੈਟਰੋਲ ਪੰਪ 'ਤੇ ਸਟੈਂਡ ਬਾਏ ਹੁੰਦੀ ਹੈ ਗੱਡੀ। ਉਹ ਮੁੰਡਿਆਂ ਨੇ ਕੁਦਰਤੀ ਧੂੰਆਂ ਨਿਕਲਦਾ ਦੇਖਿਆ ਅਤੇ ਉਹਨਾਂ ਨੇ ਗੱਡੀ ਪੈਟਰੋਲਿੰਗ 'ਤੇ ਕਰ ਲਈ ਵੀ ਦੇਖੇ ਹੋਣੇ ਵੀ ਕੋਈ ਮੌਕਾ ਦੇਖਦੇ ਹਾਂ ਵੀ ਧੂੰਆਂ ਨਿਕਲਦਾ ਲੱਗਦਾ, ਚਲੋ ਵੀ ਜੇ ਨਾ ਹੋਊਗੀ ਅੱਗ ਤਾਂ ਮੁੜ ਆਵਾਂਗੇ। ਤੋ ਇੱਥੇ ਜਦੋਂ ਇੱਥੇ ਪਹੁੰਚੇ ਤਾਂ ਅੱਗ ਲੱਗੀ ਹੋਈ ਸੀਗੀ, ਤਾਂ ਇਹਨਾਂ ਨੇ ਸਾਨੂੰ ਗਾਹਾਂ ਸਟੇਸ਼ਨ 'ਤੇ ਹੈੱਡਕੁਆਰਟਰ ਸੂਚਨਾ ਦਿੱਤੀ ਬਰਨਾਲੇ ਵੀ ਇੱਕ ਗੱਡੀ ਹੋਰ ਭੇਜੋ ਅੱਗ ਜ਼ਿਆਦੇ ਹੈਗੀ ਅਤੇ ਅਸੀਂ ਅੱਗ ਭਜਾਉਣ ਲੱਗ ਗਏ। ਉਦੋਂ ਨੂੰ ਤੁਹਾਡੀ ਇੱਕ ਗੱਡੀ ਇਹ ਜਿਹੜੀ ਤੁਹਾਡੀ ਪ੍ਰਾਈਵੇਟ ਗੱਡੀ ਭਦੌੜ ਦੀ ਇਹ ਹੈਗੀ ਅਤੇ ਨਾਲ ਦੀ ਨਾਲ ਅਸੀਂ ਉੱਥੋਂ ਗੱਡੀ ਟਰਨ ਆਊਟ ਕਰਤੀ ਅਤੇ ਆਪਣੇ ਕੋਲ ਤਿੰਨ ਗੱਡੀਆਂ ਲੱਗੀਆਂ ਹੋਈਆਂ ਜੀ ਅੱਗ ਕੰਟਰੋਲ ਦੇ ਵਿੱਚ। ਨਹੀਂ ਜੀ, ਗੱਲ ਨੁਕਸਾਨ ਇਕੱਲਾ ਸਕ੍ਰੈਪ ਦਾ ਹੈਗਾ, ਹੁਣ ਜਿਹੜਾ ਨੁਕਸਾਨ ਕਿੰਨਾ ਹੈਗਾ ਜਾਂ ਹੋਰ ਉਹ ਫਰਮਾਲਕ ਦਾ ਸਾਰਾ ਦੇਖੋ ਬਾਅਦ 'ਚ। ਨਹੀਂ ਜੀ, ਕਾਰਨ ਦਾ ਵੀ ਹਜੇ ਬਾਅਦ 'ਚ ਦੇ ਕੰਟਰੋਲ ਕਰ ਲਈ ਸੀ ਅੱਗ ਦੇ ਵਿੱਚ। ਵੈਸੇ ਹੁਣ ਪਾਣੀ ਚੱਲ ਰਿਹਾ, ਪਾਣੀ ਮਾਰ ਰਹੇ ਹਾਂ, ਜਿਹੜਾ ਧੂੰਆਂ ਵਗੈਰਾ ਨਿਕਲਦਾ ਉਹ ਵੀ ਦੱਬ ਰਹੇ ਹਾਂ। ਚਮਕੌਰ ਸਿੰਘ ਹੈ ਜੀ, ਇਹ ਨਾ ਜੀ ਉਹ ਸਫੈਦੇ ਕੋਲ ਲੱਗੀ ਹੈ ਜੀ ਅੱਗ, ਇਹ ਜੀ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਕਿਵੇਂ ਲੱਗੀ, ਕਿਵੇਂ ਵਰੇ ਲੱਗੀ ਜੀ? ਉਹ ਉਹਨਾਂ ਨੇ ਕੀ ਨਾਮ ਸੀਗਾ, ਜਮੇਰ, ਹਾਂ ਉਹ ਜਿਹੜਾ ਕਣਕ ਦੇ ਨਾੜ ਜੇ ਹੁੰਦੇ ਉਹਨੂੰ ਅੱਗ ਲਾਈ ਸੀਗੀ ਜੀ। ਅਸੀਂ ਉਹਨਾਂ ਨੂੰ ਰੋਕਿਆ ਬਹੁਤਾ ਵੀ ਨਾ ਲਾਓ ਨਾ ਲਾਓ, ਉਹਨਾਂ ਨੇ ਫਿਰ ਵੀ ਜੀ ਧੱਕੇ ਨਾਲ ਲਾਈ ਹੈ। ਘੰਟਾ ਡੇਢ ਘੰਟਾ ਚੱਲਦੀ ਰਹੀ ਹੈ ਜੀ, ਮਸਾ ਗੱਡੀਆਂ ਨਾਲ ਅਸੀਂ ਤਾਂ ਭਜਾਈ ਹੈ ਜੀ। ਇਹ ਨਾ ਜੀ ਵਿੱਚੋਂ ਹੁੰਦੇ ਸੀਗੇ ਜਿਵੇਂ ਵਿੱਚ ਸਮਾਨ ਆ ਗੱਡੀਆਂ ਦਾ ਜੀ, ਉਹਨਾਂ ਦੇ ਹੋਈ ਗਏ। ਹਾਂ ਬੈਟਰੀ ਕਿੰਨਾ ਟਾਈਮ ਅੱਗ ਚੱਲੀ ਹੈ ਜੀ? 2 ਘੰਟੇ ਚੱਲ ਗਈ ਜੀ। ਮੇਰਾ 7-8 ਮਹੀਨੇ ਪਹਿਲਾਂ ਅੱਗ ਲੱਗ ਗਈ ਜੀ, ਉਹੀ ਮੇਰਾ 55-57 ਲੱਖ ਦਾ ਨੁਕਸਾਨ ਹੋਇਆ ਸੀਗਾ ਜੀ। ਮੈਂ ਤਾਂ ਪਹਿਲਾਂ ਇਰਾਸ ਨੀ ਆਇਆ ਜੀ ਮਾਂਜਿਆ ਹਜੇ, ਆ ਹੋਰ ਦੁਬਾਰੇ ਕੰਮ ਖੜਾ ਹੋ ਗਿਆ। ਨਹੀਂ ਜਾਨੀ ਨੁਕਸਾਨ ਨਹੀਂ ਜੀ, ਕੋਈ ਨੁਕਸਾਨ ਨੀ ਹੋਇਆ। ਇਹ ਜਮੇਰ ਸਿੰਘ, ਕੀ ਨਾਂ ਗਾ ਬਾਈ ਦਾ? ਜਮੇਰ ਸਿੰਘ ਨਹਿਰੂ, ਨਹਿਰੂ ਕਲੇਰ ਜੀ, ਜਮੇਰ ਸਿੰਘ। ਮੇਰਾ ਨਾਮ ਹਰਪ੍ਰੀਤ ਹੈ ਜੀ। ਇਹ ਜੀ ਬਸ 2 ਘੰਟੇ ਪਹਿਲਾਂ ਇੱਥੇ ਨਾੜ ਨੂੰ ਅੱਗ ਲਾਈ ਸੀ ਇੱਧਰ ਆਪਣੇ ਨਹਿਰੂ ਨੇ ਬੰਦੇ ਨੇ ਉਹਦੇ ਨੇ ਅੱਗ, ਇਹਨਾਂ ਨੇ ਬਾਵਜੂਦ ਮਨਾ ਕਰਨ ਦੇ ਬਾਵਜੂਦ ਅਸੀਂ ਇੱਥੇ ਖੜ੍ਹੇ ਸੀ ਉਦੋਂ, ਅਤੇ ਮੈਂ ਜਗ੍ਹਾ ਦਾ ਮਾਲਕ ਜੀ, ਮੇਰਾ ਇਹਨੂੰ ਕਿਰਾਏ 'ਤੇ ਦਿੱਤਾ ਵਾ, ਮੈਂ ਤੋਂ ਰੈਂਟ ਲੈਣ ਆਇਆ ਸੀ। ਮੈਂ ਆਪਦੇ ਅੱਖੀਂ ਦੇਖਿਆ ਬੰਦਾ ਉੱਧਰ ਨੂੰ ਭੱਜ ਗਿਆ ਅੱਗ ਲਾ ਕੇ, ਉਹਨੂੰ ਬਹੁਤ ਆਵਾਜ਼ਾਂ ਮਾਰੀਆਂ ਸੀ ਸਾਡੇ, ਐਂ ਦੇਣੇ ਦੇਣੇ ਤਾਂ ਅੱਗ ਐਂ ਚੜ ਗਈ ਜੀ। ਉਸ ਤੋਂ ਬਾਅਦ ਆ ਹੁਣ ਤੁਹਾਡੇ ਸਾਹਮਣੇ ਆ ਨੁਕਸਾਨ ਤਾਂ ਜੀ ਇਹਦਾ, ਗਰੀਬ ਬੰਦਾ ਇਹਨੂੰ ਮਿਲਣਾ ਚਾਹੀਦਾ। ਕਿਵੇਂ ਕਿਵੇਂ ਫਿਰ ਇਹਦੇ ਕਾਬੂ ਪਾਇਆ? ਕਾਬੂ ਤਾਂ ਜੀ ਇਹ ਬਸ ਇੱਕ ਪਾਣੀ ਵਾਲੀਆਂ ਗੱਡੀਆਂ ਲਿਆ, 5-6 ਤਾਂ ਉਹ ਲੱਗ ਗਈਆਂ ਜੀ,
ਬਾਕੀ ਟਰੈਕਟਰ ਟੈਂਕੀ ਸੀਗੀ ਕਿਸੇ ਦੀ, ਉਹ ਉਹਨੇ ਬਹੁਤ ਹੈਲਪ ਕਰੀ ਵਿਚਾਰੇ ਨੇ, ਉਹ ਹਜੇ ਵੀ ਲੱਗੇ ਪਏ ਆ ਜੀ। ਪ੍ਰਸ਼ਾਸਨ ਤੋਂ ਕੋਈ ਅਧਿਕਾਰੀ ਪਹੁੰਚੇ ਇੱਥੇ? ਪ੍ਰਸ਼ਾਸਨ ਦੇ ਅਧਿਕਾਰੀ ਹੁਣ ਆਏ ਆ ਜੀ। ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ? ਅੱਗ ਲੱਗੀ ਨੂੰ 2 ਘੰਟੇ ਹੋ ਗਏ ਜੀ। ਕਿੰਨੇ ਕੁ ਟਾਈਮ ਬਾਅਦ ਆ ਗਈ ਜੀ ਫਾਇਰ ਬ੍ਰਿਗੇਡ? ਆਈ ਆ 10 ਮਿੰਟਾਂ ਬਾਅਦ ਜੀ। ਉਦੋਂ ਪਹਿਲਾਂ ਅਸੀਂ ਬਾਲਟੀਆਂ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਵੇਂ ਕਰੀ ਗਏ, ਪਰ ਜ਼ਿਆਦਾ ਹੋ ਗਈ ਅੱਗ, ਧਮਾਕੇ ਬਹੁਤ ਹੋਏ ਤੁਹਾਨੂੰ ਪਤਾ ਹੀ ਹੈ। ਤਪੇ ਵਾਲੀ ਆਈ ਆ ਪਹਿਲਾਂ ਤਾਂ, ਗੱਡੀਆਂ 5-6 ਆਈਆਂ ਜੀ, ਅਤੇ ਦੋ ਟੈਂਕੀਆਂ ਉਹਦੀਆਂ ਲੱਗ ਗਈਆਂ ਆਪਣਾ ਟਰੈਕਟਰ ਵਾਲੇ ਦੀਆਂ ਜੀ।